ਵਾਹਿਗੁਰੂ ਆਖਿਆ ਮੁਖ ਪਵਿੱਤਰ, ਵਾਹਿਗੁਰੂ ਆਖਿਆ ਵੈਰੀ ਮਿੱਤਰ, ਵਾਹਿਗੁਰੂ ਆਖਿਆ ਸਾਫ ਚਰਿੱਤਰ, ਵਾਹਿਗੁਰੂ ਆਖਿਆ ਦੁੱਖ ਸਭ ਤਿੱਤਰ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਢਾਡੀ ਜਥੇ ਦੀ ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੈਸਾਖੀ ਦਾ ਇਤਿਹਾਸ ਕਹਿਣ ਲੱਗੇ ਹਾਂ। ਵੈਸਾਖੀ ਸਾਡਾ ਕੌਮੀ ਤਿਉਹਾਰ ਹੈ, ਵੈਸਾਖੀ ਸਾਡਾ ਮੌਸਮੀ ਤਿਉਹਾਰ ਹੈ, ਔਰ ਵੈਸਾਖੀ ਸਾਡਾ ਧਾਰਮਿਕ ਮਹਾਨ ਦਿਹਾੜਾ ਹੈ। ਵੈਸਾਖੀ ਵਾਲੇ ਦਿਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਆਪਲੀ ਭਟਕਦੀ ਹੋਈ ਦੁਨੀਆਂ ਨੂੰ ਸੋਧਣ ਵਾਸਤੇ ਤੁਰੇ ਸਨ। ਵੈਸਾਖੀ ਵਾਲੇ ਦਿਨ ਧੰਨ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਦੀ ਧਰਤੀ ਦੇ ਉੱਤੇ ਰੌਣਕਾਂ ਲਾਈਆਂ। ਵੈਸਾਖੀ ਦਾ ਹੀ ਦਿਨ ਸੀ ਜਿਸ ਦਿਨ ਗੋਇੰਦਵਾਲ ਸਾਹਿਬ ਦੀ ਬੌਲੀ ਦਾ ਕੜ ਟੁੱਟਾ। ਵੈਸਾਖੀ ਨੂੰ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਨੇ ਅੰਮ੍ਰਿਤਸਰ ਨੂੰ ਰੌਣਕਾਂ ਬਖਸ਼ੀਆਂ। ਵੈਸਾਖੀ ਗੁਰੂ ਅਰਜਨ ਦੇਵ ਜੀ ਨੇ ਵੀ ਮਨਾਈ। ਵੈਸਾਖੀ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਦੇ ਉੱਤੇ ਮਨਾਈ। ਉਹਨਾਂ ਨੇ ਸ਼ਸਤਰਧਾਰੀ ਹੋਣ ਦਾ ਐਲਾਨ ਕਰ ਦਿੱਤਾ। ਇਹ ਵੈਸਾਖੀ ਗੁਰੂ ਹਰਰਾਜ ਸਾਹਿਬ ਜੀ ਨੇ ਵੀ ਮਨਾਈ। ਵੈਸਾਖੀ ਵਾਲੇ ਹੀ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਸੀ, ਬਾਬਾ ਬਸੇ ਗਰਾਮ ਬਕਾਲੇ ਤੇ ਜੋਤੀ ਜੋਤ ਸਮਾ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੀ ਮੋੜੀ ਗੱਡੀ, ਉਹ ਵੀ ਵਿਸਾਖੀ ਮਨਾਉਂਦੇ ਰਹੇ। ਪਰ ਵੈਸਾਖੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਨਾਈ। ਅਜਿਹੋ ਜਿਹੀ ਵਿਸਾਖੀ ਦੁਨੀਆਂ ਉੱਤੇ ਕੋਈ ਹੋਰ ਨਹੀਂ ਮਨਾ ਸਕਿਆ। ਉਹੋ ਜਿਹਾ ਕੌਤਕ ਕੋਈ ਮਾਂ ਦਾ ਪੁੱਤ ਹੋਰ ਨਹੀਂ ਕਰ ਸਕਿਆ। ਉਹੀਓ ਕੌਤਕ ਅੱਜ ਸੰਗਤਾਂ ਦੇ ਸਾਹਮਣੇ ਬਿਨਾਂ ਕਰਨ ਲੱਗੇ ਹਾਂ। ਪਿਆਰਿਓ, ਸ਼ਾਇਰ ਕਹਿੰਦਾ ਨੀ, ਭਾਗਾਂ ਭਰੀ ਵਿਸਾਖੀਆ ਜੀਓ ਆਇਆ, ਨੀ ਤੂੰ ਮੁਰਦਿਆਂ ਨੂੰ ਜੀਵਨ ਦਾਨ ਕੀਤਾ। ਆ ਬਾਜਾਂ ਵਾਲੇ ਨੇ ਤੈਗ ਦੀ ਧਾਰ ਵਿੱਚੋਂ ਪੈਦਾ ਅੱਜ ਸੀ ਨਵਾਂ ਜਹਾਨ ਕੀਤਾ। ਉਹ ਜਿਹਨੂੰ ਮੰਨੂ ਦੀ ਨਿਗਾਹ ਨਖੇੜ ਗਈ ਸੀ, ਕੱਠਾ ਫੇਰ ਮੁੜ ਕੇ ਖਾਨ ਦਾਨ ਕੀਤਾ। ਉਹ ਦੇ ਕੇ ਸਾਨੂੰ ਗਰੀਬਾਂ ਨੂੰ ਰਾਜ ਦਿਲ ਦਾ, ਸਾਰੇ ਜੱਗ ਦੇ ਹੁਕਮਰਾਨ ਕੀਤਾ। ਨੀ ਸਾਡੀ ਸਵਰਗ ਤੋਂ ਸੋਹਣੀ ਵਿਸਾਖੀ ਏ, ਨੀ ਐਵੇਂ ਹੀ ਨਹੀਂ ਤੇਰਾ ਆਦਰ ਮਾਣ ਕੀਤਾ। ਅਸੀਂ ਪੂਰੀ ਆਨੰਦ ਤੋਂ ਦਿਨ ਅੱਜ ਦਾ ਠੰਡੇ ਧਾਰ ਅੰਮ੍ਰਿਤ ਹੈ ਸੀ ਪਾਨ ਕੀਤਾ। ਤਿਲਕ ਜੰਜੂ ਨੂੰ ਬਚਾਉਣ ਲਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿੱਚ ਸ਼ਹੀਦ ਹੋ ਗਏ, ਉਹਨਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਆਏ। ਕਲਗੀਆਂ ਵਾਲੇ ਨੇ ਗਲਵੱਕੜੀ ਵਿੱਚ ਲੈ ਕੇ ਆਖਿਆ, ਰੰਗਰੇਟੇ ਗੁਰੂ ਕੇ ਬੇਟੇ, ਉਹ ਸਦਾ ਹੀ ਪੰਥ ਕੇ ਸੰਗ ਸਮੇਟੇ, ਆਪਣੇ ਚੌਹਾਂ ਪੁੱਤਰਾਂ ਤੋਂ ਪਹਿਲਾਂ, ਖਾਲਸੇ ਤੋਂ ਵੀ ਪਹਿਲਾਂ। ਭਾਈ ਜੈਤੇ ਨੂੰ ਗਲਵੱਕੜੀ ਵਿੱਚ ਲੈ ਕੇ ਮਹਾਰਾਜ ਨੇ ਆਪਣਾ ਪੁੱਤਰ ਬਣਾਇਆ। ਉਧਰ ਸੀਸ ਗੰਜ ਦੇ ਅਸਥਾਨ ਤੇ ਬਾਪੂ ਦੇ ਸੀਸ ਦਾ ਅੰਗੀਠਾ ਬਲਦਾ ਸੀ, ਇੱਧਰ ਅਕਾਲ ਬੁੰਗੇ ਦੇ ਉੱਤੇ ਖੜਕ ਕੇ ਕਲਗੀਆਂ ਵਾਲੇ ਕਹਿਣ ਲੱਗੇ, ਜੈਤਾ ਜੀ ਇੱਧਰ ਆਓ। ਭਾਈ ਜੈਤਾ ਜੀ ਆਏ। ਸਤਿਗੁਰੂ ਕਹਿੰਦੇ, ਜੈਤਿਆ ਦਿੱਲੀ ਦੇ ਹਾਲਾਤ ਦੱਸ। ਭਾਈ ਜੈਤਾ ਜੀ ਕਹਿੰਦੇ, ਮੇਰੇ ਕੋਲੋਂ ਸਤਿਗੁਰੂ ਦੱਸੇ ਨਹੀਂ ਜਾਣੇ। ਮਹਾਰਾਜ ਕਹਿੰਦੇ, ਜੈਤਿਆ ਤੈਨੂੰ ਹੁਕਮ ਹੈ। ਭਾਈ ਜੈਤਾ ਜੀ ਕਹਿਣ ਲੱਗੇ, ਸਤਿਗੁਰੂ ਤੇਰਾ ਸਿੱਖ ਮਤੀ ਦਾਸ ਜ਼ਾਲਮਾਂ ਨੇ ਜਿਉਂਦਾ ਆਰੇ ਨਾਲ ਚੀਰ ਦਿੱਤਾ। ਕਲਗੀਆਂ ਵਾਲਿਆ, ਤੇਰਾ ਸਿੱਖ ਭਾਈ ਦਿਆਲਾ ਜਿਉਂਦਾ ਦੇਗ ਦੇ ਵਿੱਚ ਵਾੜ ਦਿੱਤਾ। ਸੱਚੇ ਪਾਤਸ਼ਾਹ ਜੀ, ਸਤੀ ਦਾਸ ਰੂਹ ਵਿੱਚ ਬੰਨ ਕੇ ਸਾੜ ਦਿੱਤਾ, ਹੋਰ ਤੇ ਹੋਰ ਜ਼ਾਲਮਾਂ ਨੇ ਰੱਬ ਦੇ ਸੀਸ ਉੱਤੇ ਵੀ ਤਲਵਾਰ ਚਲਾ ਦਿੱਤੀ। ਮਹਾਰਾਜ, ਜਦੋਂ ਗੁਰੂ ਸਾਹਿਬ ਦਾ ਸੀਸ ਧੜ ਦੇ ਨਾਲੋਂ ਅਲੱਗ ਹੋ ਗਿਆ, ਔਰੰਗਜ਼ੇਬ ਕੜਕਿਆ, ਕਹਿੰਦਾ ਕੋਈ ਹੈ ਗੁਰੂ ਕਾ ਸਿੱਖ? ਹੋਏ ਆਵੇ ਸਾਹਮਣੇ ਵੇਖਾ ਉਸ ਵੱਡੇ ਸਿੱਖ ਦੀ ਸਿੱਖੀ। ਸਤਿਗੁਰੂ ਕਹਿੰਦੇ, ਜੈਤਿਆ ਫਿਰ ਕੋਈ ਅੱਗੇ ਆਇਆ? ਨਹੀਂ ਸਤਿਗੁਰੂ, ਕੋਈ ਨਹੀਂ ਅੱਗੇ ਆਇਆ। ਉਹ ਜੈਤਿਆ ਉੱਥੇ ਸਿੱਖ ਨਹੀਂ ਸਨ ਖੜੇ? ਮਹਾਰਾਜ, ਬੜੇ ਹੋਣਗੇ। ਸੱਚੇ ਪਾਤਸ਼ਾਹ, ਤੇਰੇ ਸਿੱਖਾਂ ਦੀ ਕਿਹੜੀ ਕੋਈ ਵੱਖਰੀ ਪਛਾਣ ਏ? ਪੱਗਾਂ ਹਿੰਦੂ ਵੀ ਬੰਨਦੇ ਨੇ, ਪੱਗਾਂ ਮੁਸਲਮਾਨ ਵੀ ਬੰਨਦੇ ਨੇ, ਪੰਜਾਬੀ ਹੋਰ ਵੀ ਬੋਲਦੇ ਨੇ। ਭਾਈ ਜਦੋਂ ਸੁਣੀ ਮਹਾਰਾਜ ਨੇ ਗੱਲ, ਉਹਨਾਂ ਸਰ ਕਰਦੀ ਖਿੱਚ ਲਈ ਮਿਆਨ ਚੋਂ ਤਲਵਾਰ। ਕਹਿੰਦੇ, ਆ ਜੈਤਿਆ, ਹੁਣ ਮੈਂ ਇਹੋ ਜਿਹਾ ਸਿੱਖ ਬਣਾਵਾਂਗਾ ਜਿਹੜਾ ਲੱਖਾਂ ਵਿੱਚ ਖੜਾ ਹੋਵੇਗਾ ਤੇ ਵੱਖਰਾ ਪਛਾਣਿਆ ਜਾਵੇਗਾ। ਕਹਿੰਦੇ, ਜੈਤਿਆ, ਹੁਣ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ
ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜਾਂ, ਇੱਕ ਧਾਰੀ ਅੱਗੇ 22 ਧਾਰਾਂ ਨੂੰ ਰੋੜਾਂ, ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ ਇਹਨਾਂ ਮੋਇਆਂ ਦੇ ਮੂੰਹ ਤੇ ਲਿਆਉਣੇ ਮੈਂ ਹਾਸੇ, ਜਿਹੜੇ ਕੰਮ ਰਹਿ ਗਏ ਕਲਮ ਤੋਂ ਅਧੂਰੇ ਉਹ ਕਰਾਂਗਾ ਹੁਣ ਤਲਵਾਰ ਨਾਲ ਪੂਰੇ, ਮੈਂ ਰਾਣਾ ਰੰਗ ਪੈਰਾਂ ਵਿੱਚ ਪੈਣਾ ਵਰਤਾਵਾਂ, ਉਹ ਮੈਂ ਤੱਕੜੀ ਵਾਲੇ ਹੱਥਾਂ ਵਿੱਚ ਤੇਗਾਂ ਫੜਾਵਾਂ, ਮੈਂ ਚਿੜੀਆਂ ਦੇ ਕੋਲੋਂ ਬਾਜ਼ਾਂ ਨੂੰ ਤੜਾਵਾਂ, 125,000 ਬੈਰੀ ਨਾਲ ਇੱਕ ਨੂੰ ਲੜਾਵਾਂ, ਤਵੇ ਗੋਬਿੰਦ ਸਿੰਘ ਨਾਮ ਕਹਾਵਾਂ, ਓਏ ਮੈਂ ਅਸੀਂ ਭਰੂ ਪੰਛੀ ਦੇ ਖੰਭਾਂ ਚ ਸ਼ਕਤੀ ਉੱਡ ਕੇ ਉਡਾ ਦੂ, ਉਹ ਬੰਬਾਂ ਦੀ ਸ਼ਕਤੀ, ਆ ਦੁਨੀਆ ਹੁੰਦੀ ਆ ਸਾਰੀ ਪਿਆਰ ਚੋਂ ਪੈਦਾ, ਓਏ ਮੈਂ ਕਰਾਂਗਾ ਬੰਦੇ ਤਲਵਾਰ ਚੋਂ ਪੈਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜਕੇ ਅਕਾਲ ਮੁੰਗੇ ਦੇ ਉੱਤੇ ਇੱਕ ਐਲਾਨ ਹੈ, ਇਉਂ ਕਰਦੇ ਨੇ ਸਭ।
ਮੈਂ ਬੇਗੈਰਤਾਂ ਦੇ ਅਣਖ ਦੇ ਟੀਕੇ ਲਾਵਾਂਗਾ, ਮੈਂ ਰਿਸ਼ੀਆਂ ਨੂੰ ਰਾਜ ਰਿਸ਼ੀ ਬਣਾਵਾਂਗਾ, ਆ ਸੰਤਾਂ ਨੂੰ ਸੰਤ ਸਿਪਾਹੀ ਬਣਾਵਾਂਗਾ, ਮੈਂ ਇਹੋ ਜਿਹੇ ਮਰਦ ਪੈਦਾ ਕਰਾਂਗਾ ਆ ਜਿੱਦਾਂ ਲੋਕ ਕੱਪੜੇ ਲਾਉਂਦੇ ਉਹ ਖੱਲ ਲੁਹਾਇਆ ਕਰਨਗੇ ਤੇ ਸੀ ਨਹੀਂ ਕਰਿਆ ਕਰਨਗੇ, ਉਹ ਚਰਖੜੀਆਂ ਉੱਤੇ ਚੜ ਜਾਇਆ ਕਰਨਗੇ, ਉਹ ਬੰਦ ਬੰਦ ਜੁਦਾ ਕਰਾ ਦਿਆ ਕਰਨਗੇ, ਉਹ 1.25 ਲੱਖ ਨਾਲ ਕੱਲੇ ਕੱਲੇ ਲੜਾਈ ਕਰਿਆ ਕਰਨਗੇ। ਇਹ ਗੱਲਾਂ ਜਦੋਂ ਮਸੰਦਾਂ ਨੇ ਸੁਣੀਆਂ ਨਾ, ਉਹਨਾਂ ਦੇ ਦਿਲ ਚ ਖਿਆਲ ਆ ਗਿਆ ਵੀ ਵਾਹਵਾ ਧਿਆਉੜੇ ਦੀਆਂ ਦੇਗਾਂ ਛਕਦੇ ਆ, ਘੋਟੇ ਲਾ ਲਾ ਕੇ ਬਦਾਮਾਂ ਨੂੰ ਸ਼ਰਦਾਈਆਂ ਪੀਂਦੇ ਆ, ਕਿਤੇ ਹੋਵੇ ਨਾ ਹੋਵੇ ਮਹਾਰਾਜ ਨੇ ਸ਼ਸਤਰ ਧਾਰੀ ਬਣਾ ਤਾ ਤੇ ਸਾਡੇ ਵਰਗਿਆਂ ਨੂੰ ਅੱਗੇ ਕਰ ਦਿੱਤਾ, ਐਵੇਂ ਭੰਗ ਦੇ ਪਹਾੜੇ ਜਾਨ ਗਵਾ ਬੈਠਾਂਗੇ। ਉਹ ਇਕੱਠੇ ਹੋ ਕੇ ਮਹਾਰਾਜ ਦੇ ਕੋਲ ਆਏ, ਆ ਕੇ ਕਹਿੰਦੇ ਸੱਚੇ ਪਾਤਸ਼ਾਹ ਇੱਕ ਬੇਨਤੀ ਕਰਨੀ ਸੀ। ਮਹਾਰਾਜ ਕਹਿੰਦੇ ਕੀ ਕਹਿਣਾ ਬਈ? ਆਂਦੇ ਸੱਚੇ ਪਾਤਸ਼ਾਹ ਜੀ, ਔਰੰਗਜ਼ੇਬ ਦਾ ਐਲਾਨ ਹੈ, ਸੰਗੀਤ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ, ਕੋਈ ਮਹਾਰਾਜ ਤਾਂਤੀ ਸਾਜ ਨਹੀਂ ਵਜਾ ਸਕਦਾ। ਸਤਿਗੁਰੂ ਆਪ ਜੀ ਦਾ ਹੁਕਮ ਹੋਵੇ ਅਸੀਂ ਭੋਰੇ ਪੁੱਟ ਲਈਏ, ਉੱਥੇ ਬਹਿ ਕੇ ਕੀਰਤਨ ਕਰਿਆ ਕਰਾਂਗੇ। ਮਹਾਰਾਜ ਕਹਿੰਦੇ ਮੈਂ ਪੰਥ ਨੂੰ ਅਸਮਾਨਾਂ ਤੇ ਚਾੜਨਾ ਚਾਹੁੰਦਾ ਤੇ ਤੁਸੀਂ ਭੋਰਿਆਂ ਵਿੱਚ ਵਾੜੀ ਜਾਂਦੇ ਹੋ, ਉਹ ਜਾਓ, ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ। ਨਾਲੇ ਅਸੀਂ ਔਰੰਗਜ਼ੇਬ ਦੇ ਅਧੀਨ ਨਹੀਂ, ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਹਾਂ। ਇਹ ਮਾਤਾ ਗੁਜਰੀ ਜੀ ਦੇ ਕੋਲ ਚਲੇ ਗਏ, ਜਾ ਕੇ ਕਹਿੰਦੇ ਮਾਂ ਸਾਡੇ ਦਿਲ ਤੋਂ ਤਾਂ ਹਾਲੇ ਚਾਂਦਨੀ ਚੌਂਕ ਦਾ ਸਹਿਮ ਨਹੀਂ ਗਿਆ, ਅੰਮੀਏ ਤੇਰਾ ਪੁੱਤਰ ਮੌਕੇ ਦੀ ਹਕੂਮਤ ਦੇ ਨਾਲ ਮੱਥਾ ਲਾ ਬੈਠਾ ਏ, ਵੇਖੀ ਕਿਤੇ ਅੱਗੇ ਪਤੀ ਗਵਾ ਬੈਠੀ ਹੈ ਕਿਤੇ ਪੁੱਤਰ ਵੀ ਨਾ ਗਵਾ ਬੈਠੀ, ਅੰਮੀਏ ਸਾਡੇ ਨਾਲ ਚੱਲ ਤੇ ਆਪਣੇ ਪੁੱਤਰ ਨੂੰ ਕੁਝ ਸਮਝਾ। ਮਾਤਾ ਜੀ ਜਾਣਦੇ ਸਨ ਕਿ ਸਤਿਗੁਰੂ ਕੋਈ ਵੱਡਾ ਪ੍ਰੋਗਰਾਮ ਉਲੀਕ ਰਹੇ ਨੇ, ਪਰ ਫੇਰ ਵੀ ਇਹਨਾਂ ਦਾ ਵਹਿਮ ਕੱਢਣ ਦੇ ਲਈ ਇਹਨਾਂ ਦੇ ਨਾਲ ਆ ਗਏ। ਦੀਵਾਨ ਸਜਿਆ ਹੋਇਆ, ਸਜੇ ਹੋਏ ਦੀਵਾਨ ਵਿੱਚ ਬੇਸ਼ੁਮਾਰ ਸੰਗਤਾਂ ਬੈਠੀਆਂ ਨੇ। ਮਾਤਾ ਜੀ ਜਦੋਂ ਆਏ, ਸਤਿਗੁਰੂ ਵੇਖ ਕੇ ਮਸੰਦਾਂ ਨੂੰ ਹੱਸ ਪਏ। ਮਾਤਾ ਜੀ ਕਹਿੰਦੇ ਲਾਲ ਜੀ ਇਹ ਕੁਝ ਕਹਿਣਾ ਚਾਹੁੰਦੇ ਨੇ। ਸਤਿਗੁਰੂ ਕਹਿੰਦੇ ਮਾਂ ਜੋ ਇਹ ਚਾਹੁੰਦੇ ਨੇ ਹੁਣ ਉਹ ਨਹੀਂ ਹੋਣਾ, ਅੰਮੀਆਂ ਤੱਤੀਆਂ ਤਵੀਆਂ ਤੇ ਵੀ ਬਹਿ ਕੇ ਵੇਖ ਲਿਆ, ਰਿੱਜ ਦੀਆਂ ਦੇਗਾਂ ਚ ਵੀ ਨਹਾ ਕੇ ਵੇਖ ਲਿਆ, ਉਹ ਸਿਰਾਂ ਤੇ ਆਰੇ ਚੱਲ ਗਏ, ਗਰਦਨਾਂ ਕਟਵਾ ਕੇ ਵੇਖ ਲਈਆਂ, ਹੁਣ ਹੱਥਾਂ ਬਾਜ਼ ਕਰਾ ਰਿਹਾ, ਪੈਰੀ ਨਹੀਂ ਹੋਣੇ ਮਿੱਤ, ਅੰਮੀਆਂ ਹੁਣ ਇਹੋ ਜਿਹਾ ਪੰਥ ਪ੍ਰਗਟ ਕਰਾਂਗੇ, ਉਹ ਜਿਹੜਾ ਜੰਗਲਾਂ ਵਿੱਚ ਮੰਗਲਾਂ ਵਿੱਚ ਰੋੜਾਂ ਵਿੱਚ ਰੱਕੜਾਂ ਵਿੱਚ ਬੰਜਰਾਂ ਵਿੱਚ ਸੱਖੜਾਂ ਵਿੱਚ ਗੜਿਆਂ ਵਿੱਚ ਮੀਆਂ ਵਿੱਚ ਸਰਹੰਦੀਆਂ ਵਿੱਚ ਮੁਸ਼ਕਲ ਦੀ ਘੜੀ ਵਿੱਚ ਚਮਕਾਰ ਦੀ ਗੜੀ ਵਿੱਚ ਇੱਕੋ ਜਿਹੀ ਜ਼ਿੰਦਗੀ ਗੁਜ਼ਾਰੇਗਾ। ਕਲਗੀਧਰ ਦਸਮੇਸ਼ ਪਿਤਾ ਜੀ ਜੋ ਐਲਾਨ ਕਰਦੇ ਨੇ, ਉਹਨਾਂ ਲਈ ਇਹਨਾਂ ਨੂੰ ਤਰਸੇਮ ਸਿੰਘ ਮੋਹਰਾਂ ਵਾਲੀ ਦਾ ਜਥਾ ਹੈ ਇਉਂ ਕਹਿੰਦਾ ਬਈ।
re sa 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 ni 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 da 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 pa 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 ma 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 ga 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 re 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 sa re 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 sa re re sa re re sa re re sa ni ni sa sa re sa sa re sa sa re sa sa ni sa sa re sa sa re sa sa ni sa sa re sa sa re sa sa re sa sa ni sa sa re sa sa re sa sa ni sa sa re sa sa re sa sa ni sa sa re sa sa re sa sa ni sa sa re sa sa ਮਸੰਦ ਘਬਰਾ ਗਏ ਇਹ ਪੰਡਤਾਂ ਕੋਲ ਭੱਜੇ ਗਏ ਕਹਿੰਦੇ ਪੰਡਤ ਜੀ ਮਹਾਰਾਜ ਸਾਡੀ ਤੇ ਗੱਲ ਨਹੀਂ ਮੰਨਦੇ ਤੁਸੀਂ ਕੁਝ ਸਮਝਾ ਕੇ ਵੇਖੋ ਕੇਸ਼ਵ ਦਾਸ ਆਪਣੇ ਨਾਲ ਚੋਣਵੇਂ ਪੰਡਤ ਲੈ ਕੇ ਮਹਾਰਾਜ ਦੇ ਕੋਲ ਆ ਗਿਆ ਆਂਦਾ ਮਹਾਰਾਜ ਕੀ ਲੋੜ ਪੈ ਗਈ ਐਵੇਂ ਸ਼ਸਤਰ ਚੁੱਕਣ ਦੀ ਸੱਚੇ ਪਾਤਸ਼ਾਹ ਤੁਸੀਂ ਮਾਲਾ ਫੇਰੋ ਅਸੀਂ ਕਰਾਂਗੇ ਦੇਵੀ ਦੀ ਪੂਜਾ ਉਹ ਪ੍ਰਗਟ ਹੋਵੇਗੀ ਤੇ ਦੁਸ਼ਟਾਂ ਦਾ ਆਪੇ ਹੀ ਨਾਸ ਕਰ ਦੂ ਸੱਚੇ ਪਾਤਸ਼ਾਹ ਹੱਸ ਪਏ ਕਹਿੰਦੇ ਪੰਡਤ ਜੀ ਲੱਖਾਂ ਦੇਵੀਆਂ ਗੁਰੂ ਨਾਨਕ ਦੇ ਦਰਬਾਰ ਵਿੱਚ ਝਾੜੂ ਦਿੰਦੀਆਂ ਨੇ ਝਾੜੂ ਕਹਿੰਦੇ ਮਹਾਰਾਜ ਤੁਸੀਂ ਤਾਂ ਗੱਲ ਹੀ ਟਾਲਦੇ ਰਹਿੰਦੇ ਹੋ ਇੱਕ ਵਾਰੀ ਕਰਕੇ ਤਾਂ ਵੇਖੋ ਸੱਚੇ ਪਾਤਸ਼ਾਹ ਨੇ ਸੋਚਿਆ ਅਸੀਂ ਸਾਜਣਾ ਹੈ ਖਾਲਸਾ ਜਿਹੜਾ ਵਹਿਮ ਭਰਮ ਪਖੰਡ ਤੋਂ ਨਿਆਰਾ ਹੋਵੇਗਾ ਇਹਨਾਂ ਦੇ ਦਿਲ ਦੇ ਵਿੱਚ ਜੋ ਵਹਿਮ ਹੈ ਉਹ ਕਰ ਦੇਣਾ ਚਾਹੀਦਾ ਕਹਿੰਦੇ ਪੰਡਿਤ ਜੀ ਕੀ ਕਰਨਾ ਪਵੇਗਾ ਕਹਿੰਦੇ ਮਹਾਰਾਜ 1.25 ਲੱਖ ਰੁਪਏ ਦੀ ਸਮੱਗਰੀ ਲਿਆਉਣੀ ਪਵੇਗੀ ਫਿਰ ਹਵਨ ਕਰਨਾ ਪਊ ਫਿਰ ਦੇਵੀ ਹੋਵੇਗੀ ਪ੍ਰਗਟ ਮਾਰ ਮਾਰ ਕੇ ਦੁਸ਼ਟਾਂ ਨੂੰ ਭਜਾ ਦੂ ਸੱਚੇ ਪਾਤਸ਼ਾਹ ਕਹਿੰਦੇ ਚਲੋ ਠੀਕ ਹੈ ਕਰੋ ਨੈਣਾ ਦੇਵੀ ਦੇ ਟਿੱਲੇ ਤੇ ਹਵਨ ਸ਼ੁਰੂ ਹੋ ਗਿਆ 2 ਮਹੀਨੇ 4, 6, 8 ਮਹੀਨੇ ਲੰਘ ਗਏ ਤੇ ਇੱਕ ਦਿਨ ਮਹਾਰਾਜ ਆਏ ਆ ਕੇ ਕਹਿੰਦੇ ਪੰਡਿਤ ਜੀ ਤੁਸਾਂ ਕੋਲੋਂ ਦੇਵੀ ਪ੍ਰਗਟ ਨਹੀਂ ਹੋਈ ਕਹਿੰਦੇ ਸੱਚੇ ਪਾਤਸ਼ਾਹ ਦੇਵੀ ਤਾਂ ਪ੍ਰਗਟ ਹੀ ਹੋਣ ਵਾਲੀ ਸੀ ਤੁਸੀਂ ਤੇ ਸ਼ਿਕਾਰ ਖੇਡਦੇ ਹੀ ਆ ਗਏ ਮਹਾਰਾਜ ਘੋੜੇ ਦੀ ਕਾਠੀ ਨਾਲ ਮੋਏ ਹੋਏ ਪੰਛੀ ਬੰਨੇ ਹੀ ਫਿਰਦੇ ਹੋ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਸਿੱਖ ਨੇ ਪੰਛੀ ਖੋਲ ਦਿੱਤੇ ਤੇ ਉਹ ਉੱਡ ਗਏ ਕਹਿੰਦੇ ਪੰਡਿਤ ਜੀ ਹੁਣ ਕਹਿੰਦੇ ਮਹਾਰਾਜ ਥੋੜੀ ਜਿਹੀ ਮੋਹਲਤ ਹੋਰ ਦਿਓ 2 ਕੁ ਮਹੀਨੇ ਬਾਅਦ ਸਤਿਗੁਰੂ ਫੇਰ ਗਏ ਜਦੋਂ ਗਏ ਕਹਿੰਦੇ ਪੰਡਿਤ ਜੀ ਕਿੰਨਾ ਕੁ ਚਿਰ ਲੱਗੂ ਕਹਿੰਦੇ ਮਹਾਰਾਜ ਦੇਵੀ ਕਿਸੇ ਬੰਦੇ ਦੀ ਬਲੀ ਮੰਗਦੀ ਹੈ ਮਹਾਰਾਜ ਜਿਹਦੀ ਬਲੀ ਦੇਣੀ ਹੈ ਉਹ ਤੁਹਾਡਾ ਪਿਆਰਾ ਹੋਵੇ ਉਹ ਵਿਦਵਾਨ ਹੋਵੇ ਉੱਚੀ ਕੁਲ ਦਾ ਹੋਵੇ ਤੇ ਦੁਨੀਆ ਵਿੱਚ ਉਹਦਾ ਸਨਮਾਨ ਵੀ ਹੋਵੇ ਇਹਨਾਂ ਦੇ ਦਿਲ 'ਚ ਖਿਆਲ ਸੀ ਸਤਿਗੁਰੂ ਪੁੱਛਣਗੇ ਕਿਹਦੀ ਬਲੀ ਦਈਏ ਤੇ ਅਸੀਂ ਕਹਿ ਦਿਆਂਗੇ ਆਪਣੇ ਵੱਡੇ ਸਾਹਿਬਜ਼ਾਦੇ ਦੀ ਬਲੀ ਦਿਓ ਨਾ ਮਹਾਰਾਜ ਬਲੀ ਦੇਣ ਤੇ ਨਾ ਸਾਡੇ ਪਖੰਡ ਦਾ ਭਾਂਡਾ ਭੱਜੇ ਪਰ ਇਹ ਨਹੀਂ ਸੀ ਜਾਣਦੇ ਉਹ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਕਹਿਣ ਲੱਗੇ ਪੰਡਿਤ ਜੀ ਬੰਦੇ ਦਾ ਪ੍ਰਬੰਧ ਹੋ ਗਿਆ ਤੁਸੀਂ ਤਿਆਰੀ ਕਰੋ ਕਹਿੰਦੇ ਮਹਾਰਾਜ ਇੰਨੀ ਜਲਦੀ ਪ੍ਰਬੰਧ ਸਤਿਗੁਰੂ ਕਹਿੰਦੇ ਹਾਂ ਬੰਦਾ ਉੱਚੀ ਕੁੱਲ ਦਾ ਚਾਹੀਦਾ ਬੰਦਾ ਸੋਹਣਾ ਸੁਨੱਖਾ ਚਾਹੀਦਾ ਵਿਦਵਾਨ ਚਾਹੀਦਾ ਤੇ ਸਾਡਾ ਪਿਆਰਾ ਹੀ ਚਾਹੀਦਾ ਹੈ ਨਾ ਕਹਿੰਦੇ ਹਾਂ ਮਹਾਰਾਜ ਮਹਾਰਾਜ ਕਹਿੰਦੇ ਪੰਡਿਤ ਜੀ ਸਾਡਾ ਪਿਆਰ ਹੀ ਤੁਹਾਡੇ ਨਾਲ ਹੈ ਤੇ ਅਸੀਂ ਬਲੀ ਵੀ ਤੁਹਾਡੀ ਦੇ ਦੇਣੀ ਹੈ ਜਦੋਂ ਪੰਡਿਤ ਜੀ ਨੇ ਸੁਣਿਆ ਆਪਣਾ ਨਾਮ ਮੂੰਹ ਬਣ ਗਿਆ ਜਿਵੇਂ ਖੰਭੇ ਤੇ ਖਤਰਾ ਲਿਖਿਆ ਹੁੰਦਾ ਘਬਰਾ ਕੇ ਕਹਿੰਦਾ ਮਹਾਰਾਜ ਜੇ ਮੇਰੀ ਬਲੀ ਦੇਤੀ ਤੇ ਮੰਤਰ ਕੌਣ ਪੜੂ ਨਾਲ ਦਾ ਪੰਡਿਤ ਕਹਿੰਦਾ ਕੋਈ ਨੀ ਮੈਂ ਪੜ ਦਊ ਉਹਨੇ ਸੋਚਿਆ ਕਿਤੇ ਮੇਰੀ ਵਾਰੀ ਨਾ ਆ ਜਾਏ ਲਓ ਜੀ ਇੱਕ ਪਾਸੇ ਸਤਿਗੁਰੂ ਤੇ ਇੱਕ ਪਾਸੇ ਪੰਡਿਤ ਜੋ ਆਪਸ ਦੇ ਵਿੱਚ ਗੱਲਾਂ ਬਾਤਾਂ ਉੱਤਰ ਪ੍ਰਸ਼ਨ ਹੋ ਰਹੇ ਨੇ ਉਸ ਵੇਲੇ ਦਾ ਨਕਸ਼ਾ ਗੁਰਜੀਤ ਸਿੰਘ ਗੌਰੀ ਪਿੰਡ ਜਾਂਗਲਾ ਜਸਵੰਤ ਸਿੰਘ ਕਮਲ ਪਿੰਡ ਸਰੀ ਸਰੰਗੀ ਮਾਸਟਰ ਜਰਨੈਲ ਸਿੰਘ ਗਿੱਲ ਇਉਂ ਖਿੱਚਦੇ ਆਵੇ
सुन के घबरा गया। कहिंदा महाराज मैं हुणे गया ते सोच इशनान करके हुणे ही आ जाना। पंडित रातों रात उथों खिसक गए। दूजा दिन चढ़िया, महाराज कहिंदे बई पंडित नहीं दिसदे। कहिंदे महाराज उहदे रात दे हरन हो गए। महाराज कहिंदे समगरी कुछ बची है? कहिंदे महाराज बड़ी पई आ। सतगुरु कहिंदे अग होर बाल दिओ, जिन्नी समगरी है सारी अग दे विच सुट दिओ। सत मील उच्ची पहाड़ी नैना देवी दी ते उहदे उत्ते उच्चियां उच्चियां लाटां, जदों समगरी पाई ते उठियां ते चारे पासे रौला पै गया। कहिंदे देवी प्रगट हो गई, देवी प्रगट हो गई। महाराज ने सर कर दी, खिचे म्यान चो तलवार। कहिंदे ही दंड का दुष्ट दमनी, ओह बिच रंग दे देवी है नार साडी, बिच जंग दे देवी तलवार साडी। होर देवियां इस दे हैन ताबे, देवी है मैदान दे जंग दिए। चढ़ के सिरां ते खेड़ दी मान मत्ती, धारा जापे ए निर्मल गंग दिए। होर देवियां ला के संदूर बैठन, रत नाल शरीर ए रंग दिए। ओ लोको यो है देवी तलवार मेरी ते सिर किसे सरलाथ दा मंग दिए। धन गुरु गोबिंद सिंह जी उतरे नैना देवी दे टिले तो थले, आउंदे लेके कागज ते कलम लिख दित्तियां चिट्ठियां भर दित्ते थैले। देश दे कोने कोने दे विच माझा मालवा दुआबा काबल कंधार यूपी सीबी फ्रंटियर तक सतगुरां ने चिट्ठियां लिख के घल दित्तियां। कहिंदे उन्हां लिखिया परवाना, कहिंदे थां थां घले सतगुरां लिख के परवाने। आउंदे आ जाओ एक बसाख नूं, और सब देश दीवाने। गाउंदे आवो भौरियो मद मस्त तराने, लै फुल्लां दी बाशना होवो मस्ताने। बख्शे नानक गुरु दे बेअंत खजाने, कहिंदे कोमल लुट्टा लुट्ट लो रड़ इस बहाने। धन गुरु गोबिंद सिंह जी ने अपना संदेश घर घर दे विच भेज दिता, दुनिया तो निराली बसाखी मनावांगा ते मैं अमृत वंडांगा अमृत। ओए आओ अमृत दे बन जारियो, गुरु नानक दे प्यारियो बहीरा कत के आओ। जेड़ा भी इस महाराज दे परवाने नू पढ़दा ना, दिल दे विच प्यार जागदा कि मैं भी जावांगा, मैं भी जावांगा। अब्दुल तुरानी जेड़ा औरंगजेब दा रिपोर्टर है, जेड़ा रोज दी डायरी आनंदपुर साहिब विच की हो रहा औरंगजेब नू भेजदा सी, उसने लिखिया के वैसाखी वाले दिन 80,000 दा इकट्ठ होया। ए इकट्ठ कोई छोटा नहीं सी, क्योंकि औरंगजेब दियां फौजां, सूबाए सरहंद दियां फौजां थां थां ते रुकावटां पाउंदियां सन के कोई सिख आनंदपुर साहिब ना जा सके। पर संगतां बहीरां कत के पहुंच गईयां। वैसाखी दा दिन चढ़िया, अमृत वेले रागी सिंघां ने आसा दी वार दा कीर्तन शुरू कर दिता। कीर्तन हुंदा जांदा जदों अद्धा कु आसा दी वार दा कीर्तन हो गया, कई लोग संगत विच बैठे एक दूजे नूं मोढे मारदे आ। ओह कहिंदे ओह सतगुरु नहीं दिसदे, ओह आंदा संगत बड़ी आई है, प्रबंध करदे होणगे। ओह कई कहिंदे महाराज ने रात आराम ही नहीं कीता, जागदे होणे आ, आराम करदे होणे आ। ओह दूजा कहिंदा सतगुरु कदे अमृत वेला नहीं खजाउंदे प्यारिया, ओह जरूर आउणगे। तीजा कहिंदा नहीं नहीं ओए, जदों ते नैना देवी दे टल्यों थले उतरे ना चुप चुप रहिंदे आ। ओए गुस्सा ना करियो, मैनू ते लगदा महाराज नूं देवी पुट्ठी पै गई। जिन्ने बंदे उन्ने मूंह उन्नियां ही गल्लां। लो जी इधर ते ये गल्लां करी जांदे ने, उधर रागी सिंह आसा दी वार दा कीर्तन करी जांदे ने। उहनां पढ़दिआं पढ़दिआं पढ़ी आसा दी वार दी आखरी पौड़ी, कहिंदे वड्डे कीआं वडिआईआं किछ कहिणा कहिण ना जाए। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਕ ਸੰਭਾਹੇ, ਸਾਈ ਕਾਰ ਘਮਾਵਣੀ ਤੁਰ ਛੋਟੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ। ਸੋ ਕਰੇ ਜਿਤ ਸਿਰ ਜਾਏ ਸੁੱਧ, ਉਧਰ ਪਿਆਸਾ ਦੀ ਵਾਰ ਦਾ ਭੋਗ। ਇਹਨਾਂ ਨੂੰ ਇੱਕਦਮ ਤੰਬੂ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਆ ਕੇ ਸਟੇਜ ਦੇ ਉੱਤੇ ਹੋ ਗਏ ਖੜੇ, ਅੱਖਾਂ ਦੇ ਵਿੱਚ ਵੀਰ ਰਸ, ਉਹਨਾਂ ਨੇ ਖਿੱਚ ਲਈ ਮਿਆਂ ਚ ਤਲਵਾਰ। ਤੂੰ ਕਹਿ ਤੇਗ ਕਹਿੰਦੇ ਓਏ ਆਉਰਾ ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲਿਆ, ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ। ਓ ਤੇਰੇ ਨਿਰਬਲ ਡੌਲਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ, ਮੈਂ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣਾ। ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਦੀ, ਓ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣਾ। ਸੱਜਣਾ ਜੇਕਰ ਆਪਣੀ ਧੌਣ ਨੂੰ ਰੱਖ ਦੇਗਾ ਮੇਰੀ ਤੇਗ ਤੇ, ਮੈਨੂੰ ਤੇਗ ਦੀ ਸਹੁੰ ਸਾਹਿਬੋ ਮੁਖਤਿਆਰ ਬਣ ਜਾਏਗਾ ਤੂੰ।
ਆ ਚਾੜਨਾ ਨਹੀਂ ਤੈਨੂੰ ਮਨਸੂਰ ਦੀ ਸੂਲੀ ਤੇ, ਪਰ ਚੜ ਕੇ ਮੇਰੀ ਦਾਰ ਤੇ ਸਰਦਾਰ ਬਣ ਜਾਏਗਾ ਤੂੰ। ਉਹਨਾਂ ਬੜਿਆ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਂ ਨਾ ਕੀ ਜੈ। 80,000 ਦੇ ਇਕੱਠ ਨੂੰ ਬੰਗਾਰ ਕੇ ਲਲਕਾਰ ਕੇ ਗੁਰੂ ਗੋਬਿੰਦ ਸਿੰਘ ਜੀ ਅਕਸੀਸ ਦੀ ਮੰਗ ਕਰਦੇ ਪਰ ਬਲਾਵਾਈ ਕੈਸੇ। ਜਦੋਂ ਸੀਸ ਦੀ ਮੰਗ ਸੰਗਤਾਂ ਨੇ ਸੁਣੀ ਨਾ, ਭਰੇ ਪੰਡਾਲ ਦੇ ਵਿੱਚ ਦੀਵਾਨ ਦੇ ਵਿੱਚ ਸਨਾਟਾ ਛਾ ਗਿਆ, ਸਾਰੇ ਚੁੱਪ ਹੋ ਗਏ। ਮਹਾਰਾਜ ਫੇਰ ਗੱਜੇ, ਕਹਿੰਦੇ ਉੱਠੋ ਕੋਈ ਗੁਰੂ ਕਾ ਪਿਆਰਾ, ਜਿਹੜਾ ਗੁਰੂ ਨਾਨਕ ਦੇ ਆਸ਼ਿਆ ਅਨੁਸਾਰ ਆਪਣਾ ਸੀਸ ਦੇਵੇ, ਉਹ ਰੋਜ਼ ਗੁਰੂ ਕੋਲੋਂ ਆ ਕੇ ਦਾਤਾਂ ਮੰਗਦੇ ਹੋ, ਦੁੱਧ ਦਿਓ, ਪੁੱਤ ਦਿਓ। ਅੱਜ ਗੁਰੂ ਨੂੰ ਲੋੜ ਪੈ ਗਈ ਹੈ ਸੀਸ ਦੀ, ਤੇ ਕੋਈ ਸਿਰ ਦੇਣ ਨੂੰ ਤਿਆਰ ਨਹੀਂ। ਤੁਸੀਂ ਮੈਨੂੰ ਸੀਸ ਦਿਓ ਤੇ ਮੈਂ ਵਾਅਦਾ ਕਰਦਾ ਮੈਂ ਤੁਹਾਨੂੰ ਸਰਦਾਰੀਆਂ ਦਿਆਂਗਾ, ਜਿਹੜੀਆਂ ਸਰਦਾਰੀਆਂ ਰਹਿੰਦੀ ਦੁਨੀਆਂ ਤੱਕ ਕਾਇਮ ਰਹਿਣਗੀਆਂ। ਜਦੋਂ ਸਤਿਗੁਰੂ ਨੇ ਦੂਜੀ ਵਾਰੀ ਆਖਿਆ ਕੋਈ ਨਾ ਉੱਠਿਆ, ਤੀਜੀ ਵਾਰੀ ਸਤਿਗੁਰਾਂ ਨੇ ਮੰਗ ਦੁਹਰਾਈ,
ਭਾਈ ਦਇਆ ਰਾਮ ਲਾਹੌਰ ਦੇ ਰਹਿਣ ਵਾਲਾ ਨੇਤਰ ਝੁਕੇ ਹੋਏ ਨੇ, ਹੱਥ ਜੁੜੇ ਹੋਏ ਨੇ, ਸੀਸ ਝੁਕਾ ਕੇ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਮੇਰਾ ਸੀਸ ਲੈ ਲਓ। ਜਿਵੇਂ ਭਾਈ ਸਾਹਿਬ ਬੇਨਤੀ ਕਰਦੇ ਨੇ ਉਹਨਾਂ ਲਾਈਨਾਂ ਨੂੰ ਪੰਜਾਬੀ ਦਾ ਸ਼ਾਇਰ ਨੇ ਇਉਂ ਲਿਖਿਆ ਵੇ, ਆਹ
ਭਾਈ ਦਇਆ ਰਾਮ ਜੀ ਉੱਠੇ, ਮਹਾਰਾਜ ਦੇ ਅੱਗੇ ਹੱਥ ਜੋੜ ਕੇ ਖੜ ਗਏ। ਮਹਾਰਾਜ ਕਹਿੰਦੇ ਕੀ ਨਾਮ ਹੈ ਤੇਰਾ? ਆਂਦਾ ਮਹਾਰਾਜ ਮੈਨੂੰ ਦਇਆ ਰਾਮ ਕਹਿੰਦੇ ਨੇ। ਮਹਾਰਾਜ ਕਹਿੰਦੇ ਕਿੱਥੋਂ ਆਇਆ? ਜੀ ਮੈਂ ਲਾਹੌਰ ਤੋਂ ਆਇਆ। ਸਤਿਗੁਰੂ ਕਹਿੰਦੇ ਲਾਹੌਰ ਔਰ ਉੱਥੇ ਦਇਆ? ਬਾਹੋਂ ਫੜ ਕੇ ਖਿੱਚਿਆ, ਕਹਿੰਦੇ ਲੜੇਗਾ? ਭਾਈ ਦਇਆ ਰਾਮ ਜੀ ਕਹਿੰਦੇ ਨਹੀਂ ਮਹਾਰਾਜ, ਮੈਂ ਅੱਜ ਤੱਕ ਨਹੀਂ ਲੜਿਆ। ਸੱਚੇ ਪਾਤਸ਼ਾਹ ਜੀ, ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਵੀ ਨਹੀਂ ਪਕੜੀ। ਉਹ ਸੱਚੇ ਪਾਤਸ਼ਾਹ ਚਿੜੀ ਉੜੇ, ਡਰ ਸੇ ਮਰ ਜਾਊ, ਦੁਸ਼ਮਣ ਸੇ ਕੈਸੇ ਲੜ ਪਾਊ। ਮਹਾਰਾਜ ਕਹਿੰਦੇ ਇੱਧਰ ਆ, ਤੈਨੂੰ ਮੈਂ ਲੜਨਾ ਦੱਸਾਂਗਾ। ਉਹ ਬੋਲੇ ਗੱਜ ਦਸਮੇਸ਼ ਜੀ ਦਇਆ ਰਾਮ, ਊਚ ਨੀਚ ਦਾ ਭੇਦ ਮਿਟਾ ਦਿਆਂਗੇ। ਉਹ ਜਿਹੜੀ ਤੇਗ ਤੋਂ ਥਰ ਥਰ ਕੰਬਦਾ ਹੈ, ਤੈਨੂੰ ਤੇਗ ਦੇ ਉੱਤੇ ਨਚਾ ਦਿਆਂਗੇ। ਬਾਹਾਂ ਫੜ ਕੇ ਖਿੱਚ ਕੇ ਲੈ ਗਏ ਤੰਬੂ ਦੇ ਵਿੱਚ। ਤਲਵਾਰ ਚੱਲਣ ਦੀ ਆਵਾਜ਼ ਆਈ ਏ, ਦੂਜੀ ਵਾਰੀ ਫੇਰ ਲਹੂ ਦੇ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਸਟੇਜ ਤੇ ਆ ਗਏ। ਕਹਿੰਦੇ ਹੈ ਕੋਈ ਗੁਰੂ ਕਾ ਪਿਆਰਾ? ਕੋਈ ਹੈ ਸਿੱਖ ਬੇਟਾ ਜੋ ਕਰੇ ਸੀਸ ਭੇਟਾ? ਓਏ ਜਲਦ ਜਲਦ ਆਈਏ, ਮੁਝੇ ਬਹੁਤ ਸੀਸ ਚਾਹੀਏ। ਫੇਰ ਭਾਈ ਧਰਮਦਾਸ ਜੀ ਉੱਠੇ, ਉਹਨਾਂ ਨੂੰ ਵੀ ਮਹਾਰਾਜ ਨੇ ਬਾਹੋਂ ਫੜਿਆ ਤੰਬੂ ਵਿੱਚ ਲੈ ਗਏ। ਤੇ ਜਿਹੜੇ ਬਾਹਰ ਬੈਠੇ ਸੀ ਨਾ ਮਸੰਦ, ਇੱਕ ਦੂਜੇ ਦੇ ਕੂਹਣੀਆਂ ਮਾਰਨ, ਓਏ ਧਨੀ ਰਾਮਾ ਭੱਜ ਚੱਲ, ਉਹ ਕਿਤੇ ਕੜਾਹ ਖਾਣ ਆਏ, ਜਾਨ ਨਾ ਗਵਾ ਬਈਏ। ਓਏ ਅੱਗੇ ਤੇ ਮਹਾਰਾਜ ਇੱਕ ਇੱਕ ਸੀਸ ਮੰਗਦੇ, ਕੀ ਪਤਾ ਹੁਣ ਬਾਹਰ ਆ ਕੇ ਇੱਕ ਪਾਸਿਓ ਹੀ ਨਾ ਵੱਢਣੇ ਸ਼ੁਰੂ ਕਰ ਦੇਣ। ਭੱਜਣੇ ਸ਼ੁਰੂ ਹੋ ਗਏ, ਦੀਵਾਨ ਦੇ ਵਿੱਚ ਵਿਰਲੇ ਰਹਿ ਗਏ। ਪਰ ਪਿਆਰਿਓ, ਪੰਜ ਸੂਰਮੇ ਨਿਤਰੇ ਪੰਜ, ਭਾਈ ਦਇਆ ਰਾਮ ਆਇਆ, ਭਾਈ ਧਰਮਦਾਸ ਆਇਆ, ਭਾਈ ਹਿੰਮਤ ਰਾਏ ਆਇਆ, ਭਾਈ ਮੁਹਕਮ ਚੰਦ ਤੇ ਭਾਈ ਸਾਹਿਬ ਦਾਸ। ਸ਼ਾਇਰ ਕਹਿੰਦਾ ਵੇ ਦਇਆ ਸਿੰਘ ਦੇ ਰੂਪ ਵਿੱਚ ਦਇਆ ਆਈ, ਪੱਥਰ ਦਿਲਾਂ ਨੂੰ ਵੀ ਦਇਆਵਾਨ ਕਰ ਗਈ। ਉਹ ਧਰਮ ਸਿੰਘ ਨਹੀਂ, ਧਰਮ ਦੀ ਆਤਮਾ ਸੀ, ਕਾਇਮ ਡੋਲ ਦੇ ਧਰਮ ਇਮਾਨ ਕਰ ਗਈ, ਹਿੰਮਤ ਆ ਪਾਈ, ਹਿੰਮਤ ਸਿੰਘ ਬਣ ਕੇ ਸੋਨ ਚਿੜੀ ਨੂੰ ਬਾਜ਼ ਸਮਾਨ ਕਰ ਗਈ। ਮੁਹਕਮ ਸਿੰਘ ਆਇਆ, ਆਈ ਹੁਕਮਰਾਨੀ, ਹੁਕਮ ਦੇਣ ਵਾਲੇ ਹੁਕਮਰਾਨ ਕਰ ਗਈ। ਸਾਹਿਬ ਸਿੰਘ ਜਾਂ ਚੌਹਾਂ ਦੇ ਨਾਲ ਮਿਲਿਆ, ਬਾਸਾ ਪੰਜਾਂ ਵਿੱਚ ਫੇਰ ਭਗਵਾਨ ਕੀਤਾ। ਉਹ ਤਾਈਓ ਉਹਨਾਂ ਤੋਂ ਫੇਰ ਦਸਮੇਸ਼ ਜੀ ਨੇ ਅੰਮ੍ਰਿਤ ਹੱਸ ਕੇ ਆਪਸੀ ਪਾਨ ਕੀਤਾ। ਜਦੋਂ ਕੁਝ ਸਮੇਂ ਬਾਅਦ ਉਹਨਾਂ ਪੰਜਾਂ ਨੂੰ ਐਨ ਤਿਆਰ ਵਰ ਤਿਆਰ ਕਰਕੇ ਮਹਾਰਾਜ ਤੰਬੂ ਚੋਂ ਬਾਹਰ ਲੈ ਕੇ ਆਏ, ਤੇ ਜਿਹੜੇ ਬਾਹਰ ਦੀਵਾਨ ਵਿੱਚ ਬੈਠੇ ਸੀ ਨਾ, ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪੈ ਰਹੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਨਾਂ ਨੇ ਅੱਖਾਂ ਤਾਂ ਚੱਕ ਕੇ ਵੇਖਿਆ ਨਾ, ਇਹ ਤੇ ਉਹੀ ਪੰਜੇ ਹੀ ਨੇ ਜਿਨ੍ਹਾਂ ਦੇ ਮਹਾਰਾਜ ਨੇ ਸੀਸ ਕੱਟੇ ਸਨ, ਤੇ ਹੁਣ ਜਿਹੜੇ ਡਰਦੇ ਨੀਵੀਆਂ ਪਾ ਗਏ ਸਨ, ਜਿਹੜੇ ਭੱਜਣ ਲਈ ਤਿਆਰ ਬੈਠੇ ਸਨ, ਇੱਕ ਦੂਜੇ ਵੱਲ ਵੇਖਦੇ ਨੇ ਤੇ ਉਹਦੇ ਵੱਲ ਵੇਖ ਕੇ ਹੱਸਦਾ, ਉਹਦੇ ਵੱਲ ਵੇਖ ਕੇ ਹੱਸਦਾ। ਉਹ ਕਹਿੰਦਾ ਉਦਾਂ ਮੈਂ ਝੂਠ ਨਹੀਂ ਬੋਲਦਾ, ਜੇ ਮਰਜ ਕਿਤੇ ਛੇਵੀਂ ਵਾਰੀ ਆ ਜਾਂਦੇ ਨਾ ਤੇ ਮੈਂ ਸੀਸ ਦੇ ਦੇਣਾ ਸੀ। ਦੂਜਾ ਕਹਿੰਦਾ ਤਿਆਰੀ ਮੈਂ ਵੀ ਫੁੱਲ ਕਰਕੇ ਬੈਠਾ ਸੀ। ਮਹਾਰਾਜ ਨੇ ਮਾਰਿਆ ਲਲਕਾਰਾ, ਕਹਿੰਦਾ ਕੋਈ ਨਹੀਂ, ਮੈਨੂੰ ਬੜੇ ਸਿਰਾਂ ਦੀ ਲੋੜ ਆ। ਇਹ ਸਾਰੇ ਚੁੱਪ ਹੋ ਗਏ ਕਿ ਕਿਤੇ ਮਹਾਰਾਜ ਆਵਾਜ਼ ਹੀ ਨਾ ਮਾਰ ਲੈਣ। ਪਰ ਮਹਾਰਾਜ ਕਹਿੰਦੇ ਹੁਣ ਮੈਂ ਇਸ ਤਰ੍ਹਾਂ ਸੀਸ ਨਹੀਂ ਲੈਣਾ, ਹੁਣ ਮੈਦਾਨੇ ਜੰਗ ਵਿੱਚ ਮਰਦਾਂ ਦੀ ਲੋੜ ਪਵੇਗੀ। ਇਹ ਤੇ ਮੇਰੇ ਪੰਜ ਪਿਆਰੇ ਨੇ, ਪੰਜ ਪਿਆਰੇ ਮੁਹੰਮਦ ਸਾਹਿਬ ਨੇ ਚਾਰ ਯਾਰ ਬਣਾਏ ਸਨ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ, ਉਹਨਾਂ ਪੰਜਾਂ ਨੂੰ ਅੰਮ੍ਰਿਤ ਬਖਸ਼ ਕੇ ਫਿਰ ਉਹਨਾਂ ਦੇ ਅੱਗੇ ਹੱਥ ਜੋੜ ਕੇ ਆਪ ਖੜ ਗਏ। ਕਹਿੰਦੇ ਦਇਆ ਰਾਮਾ, ਤੂੰ ਦਇਆ ਸਿੰਘ ਬਣ ਗਿਆ, ਧਰਮਦਾਸ ਜੀ ਤੂੰ ਵੀ ਧਰਮ ਸਿੰਘ ਬਣ ਗਿਆ, ਜਿਵੇਂ ਤੁਸੀਂ ਪੰਜੇ ਸਿੰਘ ਬਣ ਗਏ ਹੋ, ਮੇਰੇ ਉੱਤੇ ਵੀ ਕਿਰਪਾ ਕਰ ਦਿਓ ਨਾ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ। ਇਹ ਪੰਜੇ ਹੀ ਕਹਿਣ ਲੱਗੇ, ਮਹਾਰਾਜ ਉਲਟੀ ਗੰਗਾ, ਅਸੀਂ ਅੰਮ੍ਰਿਤ ਦਈਏ। ਮਹਾਰਾਜ ਕਹਿੰਦੇ ਤੁਸੀਂ ਪੰਜ ਪਰਮੇਸ਼ਰ ਦਾ ਰੂਪ ਹੋ, ਅੱਜ ਤੋਂ ਜਿਹੜਾ ਵੀ ਫੈਸਲਾ ਪੰਜ ਕਰਨਗੇ ਉਹਨੂੰ ਸਾਰਾ ਹੀ ਸਿੱਖ ਜਗਤ ਮੰਨਿਆ ਕਰੇਗਾ। ਇਹ ਪੰਜ ਇੱਕ ਪਾਸੇ ਗਏ ਤੇ ਆ ਕੇ ਕਹਿੰਦੇ ਮਹਾਰਾਜ ਜੀ, ਆਪ ਜੀ ਦੀ ਕਿਰਪਾ ਦੇ ਨਾਲ, ਸਤਿਗੁਰੂ ਜੋ ਆਪ ਜੀ ਨੇ ਸਾਨੂੰ ਬੁਲੰਦ ਰੁਤਬਾ ਦਿੱਤਾ, ਅਸੀਂ ਕੁਝ ਬੇਨਤੀ ਕਰਨੀ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਮਹਾਰਾਜ ਅਸੀਂ ਸੀਸ ਦਿੱਤਾ ਅੰਮ੍ਰਿਤ ਦੇ ਬਦਲੇ, ਤੁਸੀਂ ਤੇ ਸਾਡੇ ਗੁਰੂ ਜੀ ਹੋ, ਦੱਸੋ ਤੁਸੀਂ ਕੀ ਦਿਓਗੇ?
ਕਹਿੰਦੇ ਕਿਹਾ ਦਇਆ ਸਿੰਘ ਸਿੰਘ ਬਣਨ ਬਹੁਤ ਔਖਾ, ਹਮ ਸਿੰਘ ਬਣੇ ਸੀਸੇ ਆਪਣੇ ਕਟਾਏ ਕੇ, ਸੀਸ ਕੀ ਹੈ ਫੀਸ ਹੋਏ ਸਿੰਘਣ ਕੀ ਰੀਸ ਪਾਛੇ, ਆ ਜਾਓ ਇਸ ਗਲੀ ਸੀਸ ਤਲੀ ਪੇ ਟਕਾਏ ਕੇ, ਜੈਸੇ ਤੁਮ ਸੀਸ ਲਿਓ ਸੀ ਨਾ ਉਚਾਰੀ ਕਛੂ, ਖੁਸ਼ੀ ਖੁਸ਼ੀ ਕਟੇ ਖੂਨ ਆਪਣਾ ਬਹਾਏ ਕੇ, ਪਹਿਲੇ ਤੁਮ ਸੀਸ ਲਿਓ ਪਾਛੇ ਤੁਮ ਪਹੁਲ ਦਿਓ, ਦੇਂਗੇ ਹਮ ਅੰਮ੍ਰਿਤ ਧੋ ਕਿਆ ਦਿਓਗੇ ਗਣਾਏ ਕੇ। ਮਹਾਰਾਜ ਕਹਿੰਦੇ ਦਇਆ ਸਿੰਘਾ ਮੈਂ ਅੰਮ੍ਰਿਤ ਦਾ ਮੁੱਲ ਨਹੀਂ ਦੇ ਸਕਦਾ, ਦਾਮ ਤੋਂ ਪਹਲੂ ਕਾ ਦੇ ਨਾ ਸਕੂ, ਨਾ ਜਾਏ ਦੀਆ ਤਨ ਪਾਵਕ ਪਾ ਕੇ ਸਭੀ ਆਕਾਸ਼ ਪਤਾਲ ਦੇਊ, ਔਰ ਰੱਬ ਸਸ ਦੋਨੋਂ ਸਾਥ ਰਲਾਏ ਕੇ ਸੱਚ ਖੰਡ ਸੌ ਬਾਰ ਦੇਊ, ਔਰ ਇੰਦਰਪੁਰੀ ਕਾ ਰਾਜ ਸਜਾਏ ਕੇ ਤੋ ਵੀ ਪਹਲ ਕਾ ਦਾਮ ਨਾ ਪੂਜਸ, ਕਹੇ ਕਵੀ ਬਾਲਮ ਸੀਸ ਝੁਕਾਏ ਕੇ। ਪਰ ਹਾਂ ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ, ਸੁਣੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ, ਪਿਤਾ ਕੋ ਕਟਾ ਕੇ ਜੈਸੇ ਖੂਨ ਕੀ ਖਲਾਈ ਹੋਲੀ, ਤੈਸੀ ਹੋਲੀ ਬੇਟੋ ਕੇ ਮੈਂ ਖੂਨ ਕੀ ਖਿਲਾਉਂਗਾ, ਸੇਰੇ ਕੁਰਬਾਨੀਓ ਕੇ ਬਾਂਧ ਕਰ ਸੀਸ ਪਰ, ਮੌਤ ਕੀ ਘੋੜੀ ਪੇ ਬੇਟੇ ਆਪਣੇ ਬਿਠਾਉਂਗਾ, ਦੋ ਕੋ ਚਮਕੌਰ ਮੈਂ ਕਟਾਉਂਗਾ ਕਟਾਰੋ ਸੰਗ, ਦੋ ਕੋ ਸਰਹੰਦ ਕੀ ਦੀਵਾਰੋ ਮੈਂ ਚਨਾਉਂਗਾ, ਸੀਸ ਪਹਿਨਾ ਤਾਜ ਹੋਗਾ, ਹੱਥ ਪਹਿਨਾ ਬਾਜ ਹੋਗਾ, ਖੁਸ ਗਿਆ ਰਾਜ ਹੋਗਾ, ਲਾਵਾਰਸ ਕਹਿਲਾਉਂਗਾ, ਉਹ ਸੁਖੋਂ ਕੇ ਸਮੇਤ ਸਰਬੰਸ ਸਭ ਭੇਟ ਕੀਆ, ਅੱਬ ਤੋਂ ਪਲਾ ਦੇ ਪਹੁਲ ਮੈਂ ਸੇਵਕ ਕਹਿਲਾਉਂਗਾ। ਸਤਿਗੁਰੂ ਕਹਿੰਦੇ ਤੁਸੀਂ ਪੰਜਾਂ ਨੇ ਵੱਖ ਵੱਖ ਜਗ੍ਹਾ ਤੋਂ ਆ ਕੇ ਸੀਸ ਦਿੱਤੇ ਨੇ ਅੰਮ੍ਰਿਤ ਲਿਆ, ਤੇ ਮੈਂ ਅੰਮ੍ਰਿਤ ਦੇ ਬਦਲੇ ਸਰਬੰਸ ਲੁਟਾਵਾਂਗਾ।
साहेब भाई गुरदास जी दूसरे ठीक कहिंदे ने, वह परगट्यो मर्द अगमड़ा वरियाम अकेला, वाह वाह गोबिंद सिंह आपे गुर चेला। सतगुरु गुरु भी बने ते चेले भी बने, एहो जिहा दुनिया उत्ते ना कोई होया ते ना कोई होवेगा। यह धरती दे तख्ते उत्ते कई रीसां करदे ने पर सच्चे पातशाह वर्गा नहीं कोई आया ते ना कोई आवेगा। ओही सी इसे करके पंजाबी दा शायर कहिंदा, ओ महाबली तपस्वी वीर योदा पिता पंथ दा एक अकाल दा पुत, ओ मां गुजरी दे दुध दी महाशक्ति मुड़ के जमना नहीं ओदे नाल दा पुत। गुरु गोबिंद सिंह जी दी कमाई दा ध्यान तरो ते गज के आखो सतनाम श्री वाहेगुरु। अंत विच शमारू अते शाइन स्टार कंपनी दा बहुत बहुत धन्नवाद। वाहेगुरु जी का खालसा, वाहेगुरु जी की फतेह।